ਜਲੰਧਰ ਬਾਈ ਇਲੈਕਸ਼ਨਸ ਨੂੰ ਲੈ ਕੇ ਕਿਹੜੀਆਂ ਤਿਆਰੀਆਂ ਬੀਜੇਪੀ ਕਰ ਰਹੀ ਹੈ? ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਇੰਦਰ ਸਿੰਘ ਅਠਵਾਲ ਨੇ, ਗੱਲਬਾਤ ਕਰਦੇ ਹਾਂ। ਅਠਵਾਲ ਸਾਹਿਬ, ਤਿਆਰੀਆਂ ਕਿਸ ਤਰੀਕੇ ਦੀਆਂ ਚੱਲ ਰਹੀਆਂ ਅੱਜ ਕੱਲ੍ਹ, ਕਿਉਂਕਿ ਇਲੈਕਸ਼ਨਸ ਨੇ, ਕਿਵੇਂ ਮੀਟਿੰਗਸ ਕਰ ਰਹੇ ਹੋ ਔਰ ਲੋਕਾਂ ਦੇ, ਜੇਕਰ ਗੱਲ ਕਰੀਏ, ਕਿਵੇਂ ਉਹਨਾਂ ਦੇ ਨਾਲ ਜਿਹੜੇ ਮੁੱਦੇ ਨੇ ਚੁੱਕ ਰਹੇ ਹੋ? ਭਾਰਤੀ ਜਨਤਾ ਪਾਰਟੀ ਪੂਰੇ ਹਮੇਸ਼ਾ ਦੀ ਤਰ੍ਹਾਂ ਬੜੇ ਵਿਉਂਤਬੰਦ ਤਰੀਕੇ ਦੇ ਨਾਲ ਹਰ ਵਾਰਡ ਦੇ ਵਿੱਚ, ਹਰ ਬੂਥ ਦੇ ਉੱਪਰ, ਹਰ ਲੈਵਲ ਦੇ ਉੱਪਰ ਅਸੀਂ ਟੀਮਾਂ ਬਣਾ ਕੇ ਕੰਮ ਕਰਦੇ ਹਾਂ। ਉਸੇ ਤਰੀਕੇ ਦੇ ਨਾਲ ਹੀ ਅਸੀਂ ਪੂਰਾ ਵਿਸ਼ ਕੇ ਅਸੀਂ ਕੰਮ ਕਰਾਂਗੇ ਔਰ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਤੋਂ ਬਹੁਤ ਸੋਹਣੀ ਜਿੱਤ ਪ੍ਰਾਪਤ ਕਰਾਂਗੇ। ਇਹ ਉਹ ਅਸੈਂਬਲੀ ਹਲਕਾ ਜਿੱਥੋਂ ਅਸੀਂ ਹਮੇਸ਼ਾ ਹੀ ਜਿੱਤ ਪ੍ਰਾਪਤ ਕਰਦੇ ਹਾਂ। ਸਾਨੂੰ ਮਾਣ ਹੈ ਇਸ ਹਲਕੇ ਦੇ ਸਤਿਕਾਰਯੋਗ ਵੋਟਰਾਂ ਦੇ ਉੱਪਰ ਕਿ ਜਿਹੜੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਦਾ ਇੰਨਾ ਮਾਣ ਅਤੇ ਸਤਿਕਾਰ ਕਰਦੇ ਆ ਕਿ ਇੱਥੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਭੇਜਦੇ ਆ। ਅਤੇ ਐਤਕੀ ਵੀ ਸਾਡੇ ਉਮੀਦਵਾਰ ਜਿਹੜੇ ਸ਼ੀਤਲ ਉਂਗਰਾਲ ਜੀ ਹੈ, ਬਹੁਤ ਵੱਡੀ ਗਿਣਤੀ ਦੇ ਨਾਲ ਇੱਥੋਂ ਜਿੱਤ ਪ੍ਰਾਪਤ ਕਰਕੇ ਜਾਣਗੇ। ਅਠਵਾਲ ਸਾਹਿਬ, ਪਿਛਲੇ ਸਮੇਂ ਨੂੰ ਲੈ ਲਈਏ, ਉਸ ਤੋਂ ਬਾਅਦ ਹੁਣ ਦੇ ਸਮੇਂ ਦੇ ਅਨੁਸਾਰ ਚਰਚਾਵਾਂ ਇਹ ਵੀ ਨੇ ਵੀ ਕਹਿੰਦੇ ਮੌਜੂਦਾ ਸਰਕਾਰ ਹੈ ਜਿਹੜੀ, ਜਾਂ ਫਿਰ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹ ਲੋਕਾਂ ਦੇ ਉੱਪਰ ਆਪਣੀ ਪਾਵਰ ਦਾ ਇਸਤੇਮਾਲ ਇਸ ਤਰੀਕੇ ਨਾਲ ਕਰ ਰਹੇ ਵੀ ਜਿਹੜਾ ਪ੍ਰਚਾਰ ਕਰਦਾ ਬੀਜੇਪੀ ਦਾ, ਜਾਂ ਫਿਰ ਆਪਣੇ ਘਰ ਦੇ ਬਾਹਰ ਜਾਂ ਦਫ਼ਤਰਾਂ ਦੇ ਉੱਤੇ ਫਲੈਕਸ ਲਾਉਂਦਾ ਬੀਜੇਪੀ, ਅਤੇ ਉਹਨਾਂ ਦੇ ਉੱਪਰ ਕਹਿੰਦੇ ਨੋਟਿਸ ਘੱਲ ਰਹੇ, ਉਹਨਾਂ ਨੂੰ ਨੋਟਿਸ ਭੇਜ ਰਹੇ ਆ ਔਰ FIR ਦਾ ਡਰਾਵਾ ਵੀ ਦੇ ਰਹੇ ਆ, ਚਰਚਾ ਇਹ ਚੱਲ ਰਹੀ ਹੈ, ਕੀ ਲੱਗਦਾ ਤੁਹਾਨੂੰ ਵੀ ਇਹਦੇ ਨਾਲ ਕਿੰਨਾ ਕੁ ਪ੍ਰਭਾਵ ਪੈ ਸਕਦਾ ਬੀਜੇਪੀ ਉੱਪਰ? ਬੀਜੇਪੀ ਦੇ ਉੱਪਰ ਕਦੇ ਵੀ ਕਿਸੇ ਤਰ੍ਹਾਂ ਦੇ ਧੱਕੇਸ਼ਾਹੀ ਦਾ ਕਦੇ ਕੋਈ ਪ੍ਰਭਾਵ ਨਹੀਂ ਪਿਆ, ਸਰਕਾਰ ਦਾ ਵੀ ਸਾਡੇ 'ਤੇ ਕਦੇ ਕੋਈ ਪ੍ਰਭਾਵ ਨਹੀਂ ਪਿਆ। ਪਿਛਲੇ ਸਾਲ ਜਦੋਂ ਪਾਰਲੀਮੈਂਟ ਦੀ ਜਦੋਂ ਉਪ ਚੋਣ ਹੋਈ ਹੈ, ਮੈਂ ਬਤੌਰ ਮੈਂਬਰ ਪਾਰਲੀਮੈਂਟ ਦੇ ਇੱਥੋਂ ਭਾਰਤੀ ਜਨਤਾ ਪਾਰਟੀ ਦੇ ਇੱਥੋਂ ਅਸੀਂ ਉਦੋਂ ਇਲੈਕਸ਼ਨ ਲੜੀ ਹੈ, ਉਦੋਂ ਵੀ ਸਰਕਾਰ ਦਾ ਬਹੁਤ ਵੱਡਾ ਜ਼ੋਰ ਲੱਗਾ ਹੋਇਆ ਸੀ, ਲੇਕਿਨ ਫਿਰ ਵੀ ਬਹੁਤ ਸੋਹਣੇ ਤਰੀਕੇ ਨਾਲ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਪਹਿਲੀ ਵਾਰ ਵੋਟਾਂ ਪਾਈਆਂ। ਅਤੇ ਐਤਕੀ ਵੀ ਜਿਹੜਾ ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾ ਲਵੇ, ਲੇਕਿਨ ਜਿਹੜੇ ਵੋਟਰ ਜਿਹੜੇ ਆ ਉਹ ਆਪਣੇ ਮਤ ਦਾ ਦਾਨ ਜਿਹੜਾ ਉਹ ਬਹੁਤ ਸੂਝਬੂਝ ਦੇ ਨਾਲ ਕਰਨਗੇ। ਅਤੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਸ਼ੀਤਲ ਉਂਗਰਾਲ ਜੀ ਨੂੰ ਵਿਧਾਨ ਸਭਾ ਦੇ ਵਿੱਚ ਦੁਬਾਰਾ ਫਿਰ ਭੇਜਣਗੇ ਅਤੇ ਪੂਰੇ ਗੱਜ ਵੱਜ ਕੇ ਇੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰੇਗਾ ਅਤੇ ਲੋਕਾਂ ਦੀ ਉਹ ਸੇਵਾ ਵੀ ਕਰੇਗਾ, ਇਹ ਸਾਨੂੰ ਪੂਰਨ ਵਿਸ਼ਵਾਸ ਹੈ। ਅਕਾਲੀ ਦਲ ਅੱਗੇ ਗੱਠਜੋੜ ਕਰਦਾ ਸੀ ਬੀਜੇਪੀ ਦੇ ਨਾਲ, ਇਸ ਵਾਰ ਇਕੱਲੇ ਲੜ ਰਹੇ ਹੋ, ਸੋ ਕਿੰਨਾ ਕੁ ਉਹਦਾ ਇਫੈਕਟ ਪੈਣਾ ਵੀ ਸਾਥ ਕਿੰਨਾ ਕੁ ਰਹਿੰਦਾ ਸੀ ਔਰ ਇਕੱਲੇ ਲੜਨਾ ਕਿੰਨਾ ਕੁ ਚੈਲੇਂਜਸ ਹੁੰਦਾ? ਇਸ ਹਲਕੇ ਤੋਂ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਚੋਣ ਲੜੀ ਹੈ ਅਤੇ ਜਦੋਂ ਇੱਥੇ ਸਮਝੌਤਾ ਵੀ ਹੁੰਦਾ ਸੀ ਉਦੋਂ ਵੀ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੁੰਦਾ ਸੀ। ਲੋਕਾਂ ਨੂੰ ਇਸ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਾਰੇ ਬਖੂਬੀ ਪਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਇੱਥੇ ਬਹੁਤ ਸੋਹਣੇ ਸੇਵਾ ਕੀਤੀ ਹੈ, ਸੁਚੱਜੇ ਤਰੀਕੇ ਦੇ ਨਾਲ ਸੇਵਾ ਕੀਤੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਵਰਕਰ, ਇੱਕ ਇੱਕ ਕਾਰਿਆਕਰਤਾ ਜਿਹੜਾ ਹੈ ਉਹ ਬੜੀ ਸੁਹਿਰਦਾ ਦੇ ਨਾਲ ਲੋਕਾਂ ਦੀ ਸੇਵਾ ਕਰਦਾ ਹੈ ਔਰ ਇਸ ਜਿਹੜਾ ਜਲੰਧਰ ਵੈਸਟ ਜਿਹੜਾ ਹਲਕਾ ਹੈ ਇਹਦੇ ਵਿੱਚ ਸਾਰੇ ਹੀ ਸਮਾਜਿਕ ਅਤੇ ਧਾਰਮਿਕ ਸਾਡੇ ਪਰਿਵਾਰਾਂ ਦਾ ਇੱਥੇ ਪ੍ਰਭਾਵ ਹੈ, ਇੱਥੇ ਵੱਖ ਵੱਖ ਫਿਰਕੇ ਦੇ ਲੋਕ ਜਿਹੜੇ ਰਹਿੰਦੇ ਹੈ ਔਰ ਸਾਰਿਆਂ ਦੇ ਵਿੱਚ ਬੜਾ ਇਤਫਾਕ ਹੈ, ਬੜੇ ਸੋਹਣੇ ਤਰੀਕੇ ਦੇ ਨਾਲ ਲੋਕ ਇੱਥੇ ਰਹਿੰਦੇ ਹੈ। ਮੈਂ ਤਾਂ ਆਪ ਨਿੱਜੀ ਤੌਰ 'ਤੇ ਇਸ ਹਲਕੇ 'ਚ ਬਹੁਤ ਵਿਚਰਿਆ, ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਮੈਂ ਜਾਣਦਾ, ਮੈਂ ਲੋਕ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕਮਲ ਦੇ ਫੁੱਲ ਦੇ ਉੱਪਰ ਹਮੇਸ਼ਾ ਹੀ ਵੋਟਾਂ ਪਾ ਕੇ ਸਾਨੂੰ ਜਿਤਾ ਕੇ ਭੇਜਦੇ ਆ, ਸਾਨੂੰ ਇਸ ਗੱਲ ਦਾ ਮਾਣ ਹੈ। ਬਾਕੀ ਭਾਈ ਸਮਝੌਤਾ ਹੋਣਾ ਜਿਹੜਾ ਉਹ ਤਾਂ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ, ਹੁਣ ਤਾਂ ਉਹਨਾਂ ਨੂੰ ਵੀ ਪਤਾ ਉਹ ਤਾਂ ਮੈਦਾਨ ਛੱਡ ਕੇ ਭੱਜ ਗਏ, ਲੇਕਿਨ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਲੋਕਾਂ ਦੀ ਕਚਹਿਰੀ 'ਚ ਰਿਹਾ। ਅਸੀਂ ਵੋਟਾਂ ਦੀ ਰਾਜਨੀਤੀ ਨਹੀਂ ਕੀਤੀ, ਅਸੀਂ ਲੋਕਾਂ ਦੇ ਨਾਲ ਪਿਆਰ ਅਤੇ ਲੋਕਾਂ ਦੀ ਸੇਵਾ ਦੀ ਰਾਜਨੀਤੀ ਦੇ ਨਾਲ, ਸੇਵਾ ਭਾਵਨਾ ਦੇ ਨਾਲ ਲੋਕਾਂ ਦੇ ਚਰਨਾਂ ਚਾਹੀਦਾ ਅਤੇ ਲੋਕ ਇਸੇ ਤਰੀਕੇ ਦੇ ਨਾਲ ਸਾਨੂੰ ਪਿਆਰ ਦੇ ਨਾਲ ਸਤਿਕਾਰ ਦਿੰਦੇ ਆ।
ਜੀ ਤਾਂ ਬੀਜੇਪੀ ਦੇ ਸੀਨੀਅਰ ਆਗੂ ਵੀ ਨੇ ਔਰ ਉਮੀਦਵਾਰ ਵੀ ਰਹਿ ਚੁੱਕੇ ਨੇ। ਸੋ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਬੀਜੇਪੀ ਲਗਾਤਾਰ ਮੀਟਿੰਗਸ ਕਰ ਰਹੀਆਂ ਨੇ, ਜਿੱਤ ਪ੍ਰਾਪਤ ਹੋਣੀ ਹੈ ਜਾਂ ਕਿਹੜੇ ਉਮੀਦਵਾਰ ਦੀ ਕਿਸਮਤ ਜਿਹੜੀ ਹੈ ਬਾਈ ਇਲੈਕਸ਼ਨਸ ਦੇ ਵਿੱਚ ਖੁੱਲ੍ਹਣੀ ਹੈ, ਇਹ ਸਮਾਂ ਤੈਅ ਕਰੇਗਾ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵੇਰਾ ਟੀਵੀ ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।